ਅਬਾਸੀ ਸਾਹਿਬ ਦੇ ਕੋਲ ਗਾਓ ਦਾ ਵਿਜ਼ਿਟ ਕਰ ਰਹੇ ਹਾਂ। ਬਹੁਤ ਜ਼ਬਰਦਸਤ ਲੱਗ ਰਿਹਾ। ਅਬਾਸੀ ਸਾਹਿਬ ਨਾਲ ਵੀ ਗੁਫ਼ਤਗੂ ਕਰਾਂਗੇ ਗਾਓ ਦੇ ਹਵਾਲੇ ਨਾਲ। ਅੱਗੇ ਜਿਹੜਾ ਵਾ ਡੋਲੀ ਲਿਫਟ, ਅੱਗੇ ਡੋਲੀ ਲਿਫਟ 'ਤੇ ਵੀ ਜਾਵਾਂਗੇ, ਚੱਕੀ ਦੇਖਣ ਵੀ ਜਾਵਾਂਗੇ। ਕਹਿੰਦੇ ਆ ਪਾਣੀ ਦੇ ਨਾਲ ਜਿਹੜਾ ਚੱਕੀ ਚੱਲਦੀ ਆ ਔਰ ਆਟਾ ਵਗੈਰਾ ਪੀਂਦੀ ਆ। ਨਾਲ ਚੱਲਦੇ ਹਾਂ। ਪਹਿਲੇ ਤਾਂ ਜਿਹੜਾ ਗਾਓ ਦਾ ਦੇਖਣ ਆ ਉਹ ਤੁਹਾਨੂੰ ਦਈਏ। ਬਹੁਤ ਖੂਬਸੂਰਤ ਜਿਹੜਾ ਵਾ ਵਿਊ ਆ। ਬਾਸੀ ਸਾਹਿਬ ਸਾਡੇ ਸ਼ਹਿਜ਼ਾਦੇ, ਯਕੀਨ ਕਰੋ ਮੈਂ ਇਹਨਾਂ ਦਾ ਬਹੁਤ ਫੈਨ ਹਾਂ, ਬਹੁਤ ਜ਼ਬਰਦਸਤ। ਇਹਨਾਂ ਨਾਲ ਗੱਲ ਕਰਾਂਗੇ, ਅੱਗੇ ਚੱਲਦੇ ਹਾਂ। ਪਹਿਲੇ ਕੂਹਾਂ ਵੀ ਆ, ਇੱਕ ਕੂਹਾਂ ਜਿਹੜਾ ਨਾ ਉਹ ਦੇਖਦੇ ਹਾਂ ਪਹਿਲੇ। ਗਾਓਂ 'ਚ ਆਏ ਹਾਂ, ਪਿੰਡ ਜਿਹਨੂੰ ਕਿਹਾ ਜਾਂਦਾ ਵਾ ਗਾਓਂ। ਬਹੁਤ ਜ਼ਬਰਦਸਤ ਮਾਹੌਲ ਆ। ਬਾਸੀ ਸਾਹਿਬ ਦੇ ਕੋਲ ਆਏ ਹਾਂ, ਤੁਹਾਨੂੰ ਦਿਖਾਉਂਦੇ ਹਾਂ ਕਿ ਪਿੰਡ ਦਾ ਕੀ ਮਾਹੌਲ ਆ, ਕਿਸ ਤਰ੍ਹਾਂ ਦਾ ਵਾ। ਅਸਲਾਮ ਵਾਲੇਕੁਮ ਬਾਸੀ ਸਾਹਿਬ। ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ। ਪਹਿਲੇ ਤਾਂ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਵਾ ਸਾਡੇ ਬਹੁਤ ਪ੍ਰੋਟੋਕੋਲ ਦਿੱਤਾ, ਸਾਡੀ ਬੜੀ ਖਿਦਮਤ ਕੀਤੀ, ਤੁਹਾਡਾ ਬਹੁਤ ਸ਼ੁਕਰੀਆ। ਗਾਓਂ ਦੇ ਬਾਰੇ 'ਚ ਥੋੜ੍ਹਾ ਜਿਹਾ ਦੱਸਿਓ, ਇਹ ਨਾਲ ਜਿਹੜਾ ਕੂਹਾਂ ਵਾ ਇਹਦੇ ਹਵਾਲੇ ਨਾਲ ਤੁਸੀਂ ਜ਼ਰਾ। ਹਾਂਜੀ, ਇਹ ਸਾਡਾ ਅਬਾਈ ਗਾਓਂ ਹੈ ਜੀ, ਅਤੇ ਇਹ ਜਿਹੜਾ ਕੂਹਾਂ ਹੈ ਇਹ ਸਾਡਾ ਅਬਾਈ ਕੂਹਾਂ ਹੈ। ਇੱਕ ਇਹ ਵਾਲਾ ਹੈ ਜੀ, ਇਹ ਤਾਂ ਇਹਦੇ ਸਾਹਮਣੇ ਹੈ ਕਿ ਇਹ ਦੋ ਕੂਹੇ ਨੇ। ਅਤੇ ਅਸੀਂ ਹੁਣ ਤਾਂ ਚਲੋ ਫਰਿੱਜਾਂ ਆ ਗਈਆਂ ਨੇ, ਜਦੀਦ ਦੌਰ ਹੈ, ਤਾਂ ਅਸੀਂ ਆਪਣੇ ਬਚਪਨ ਦੇ ਦੌਰ 'ਚ ਇੱਥੋਂ ਹੀ ਪਾਣੀ ਭਰ ਕੇ, ਜਦੋਂ ਅੰਮਾ ਨੇ ਖਾਣਾ ਲਾ ਦੇਣਾ ਦਸਤਰਖਾਨ 'ਤੇ, ਕਹਿੰਦਾ ਜਾ ਪੁੱਤਰ ਪਾਣੀ ਦੀ ਬਾਲਟੀ ਭਰ ਕੇ ਲੈ ਆ, ਤਾਂ ਅਸੀਂ ਇੱਥੋਂ ਹੀ ਪਾਣੀ ਦੀ ਬਾਲਟੀ ਲਾ ਭਰ ਕੇ ਲੈ ਜਾਣੀ, ਪਾਣੀ ਠੰਡਾ ਪੀਣਾ ਇਸ ਚਸ਼ਮੇ ਦਾ। ਇਹ ਲਓ, ਚਸ਼ਮੇ ਵੱਲ ਨੀਚੇ ਚਸ਼ਮਾ ਹੈ ਜੀ, ਠੀਕ ਹੈ ਜੀ, ਇਹ ਨੀਚੇ ਚਸ਼ਮਾ ਮੌਜੂਦ ਹੈ। ਅਤੇ ਇਹਦੇ ਵੀ ਮੋਟਰ ਪਈ ਹੈ, ਪੈਪ ਲੱਗਿਆ ਸਾਡੀ ਬਲਾਕ ਫੈਕਟਰੀ ਹੈ ਜੀ ਅੱਗੇ, ਉਹਨੂੰ ਪਾਣੀ ਜਾ ਰਿਹਾ ਹੈ। ਇਹ ਦਰਮਿਆਨ ਜੇ ਖਾਲਾ ਜਾ ਰਿਹਾ, ਪਰ ਗੰਦਾ ਖਾਲਾ ਨਹੀਂ, ਪਹਾੜਾਂ ਦਾ ਸਾਫ਼ ਚਸ਼ਮਿਆਂ ਦਾ ਪਾਣੀ ਆ ਰਿਹਾ, ਮੁਖਤਲਿਫ ਚਸ਼ਮਿਆਂ ਦਾ ਪਾਣੀ ਡਿੱਗਦਿਆਂ ਦੇ ਵਿੱਚ ਇਹ ਪਾਣੀ ਆ ਰਿਹਾ। ਸਾਹਮਣੇ ਸਾਡਾ ਕਬਰਸਤਾਨ ਹੈ ਜੀ, ਠੀਕ ਹੈ ਜੀ, ਆਪਣਾ ਜਾਤੀ ਸਾਡਾ ਕਬਰਸਤਾਨ ਹੈ। ਸਹੀ, ਆਪਣੇ ਯਾਨੀ ਕਿ ਜਾਤੀ, ਇਹਦੇ 'ਚ ਕੌਣ? ਇਹਦੇ ਵਿੱਚ ਮੇਰੀ ਦਾਦੀ ਅੰਮਾ ਦੀ ਕਬਰ ਹੈ, ਮੇਰੇ ਵਾਲਦ ਮਰਹੂਮ ਦੀ ਕਬਰ ਹੈ, ਅਤੇ ਮੇਰੀ ਅੰਮੀ ਜਾਨ ਮਰਹੂਮਾਂ ਦੀ ਕਬਰ ਹੈ। ਤਿੰਨ ਕਬਰਾਂ ਨੇ ਜੀ, ਅਤੇ ਅਸੀਂ ਵੀ ਇੱਥੇ ਹੀ ਆਉਣਾ। ਇਹ ਪਿੱਛੇ ਸਾਡੀਆਂ ਰਹਿਸ਼ਾਂ ਨੇ ਜੀ, ਡੇਰਾ ਹੈ ਸਾਡਾ, ਘਰ ਹੈ ਪਿੱਛੇ, ਇਹ ਸਾਡਾ ਮੁਹੱਲਾ ਹੈ। ਕਿਉਂਕਿ ਪਹਾੜਾਂ ਵਿੱਚ ਹੁੰਦੇ ਨੇ ਮੁਹੱਲਿਆਂ ਵਿੱਚ 8-10-15 ਘਰ, ਅਤੇ ਇੱਥੇ ਕੋਈ ਵੀ ਨਵਾਂ ਬੰਦਾ ਇੰਟਰ ਹੋਏ ਤਾਂ ਸਾਰੇ ਪਹਿਚਾਣ ਲੈਂਦੇ ਨੇ ਵੀ ਨਵਾਂ ਬੰਦਾ ਇੱਥੇ ਆਇਆ ਹੈ ਕੋਈ। ਇੱਥੇ ਦੀ ਜ਼ਿੰਦਗੀ ਬੜੀ ਪੁਰਸਕੂਨ ਹੈ, ਕੋਈ ਸ਼ੋਰ ਨਹੀਂ, ਸ਼ਰਾਬਾ ਨਹੀਂ, ਪੋਲਿਊਸ਼ਨ ਕੋਈ ਨਹੀਂ, ਗਰਦੋ ਗੁਬਾਰ ਕੋਈ ਨਹੀਂ, ਆਬੋ ਹਵਾ ਬੜੀ ਸਾਫ਼ੋ ਸ਼ਿਫਾਫ ਹੈ ਇੱਥੇ ਦੀ, ਅਤੇ ਇਹ ਬੜਾ ਅੱਛਾ ਮਾਹੌਲ ਹੈ ਇਸ ਗਾਓਂ ਦਾ, ਪਿੰਡ ਦਾ। ਬਹੁਤ ਜ਼ਬਰਦਸਤ ਮਾਹੌਲ ਆ ਇੱਥੇ। ਵੈਸੇ ਪੌਦੇ ਜਿਹੜੇ ਲੱਗੇ ਆ, ਦਰਖਤ ਲੱਗੇ ਆ, ਇੱਥੇ ਫਲਦਾਰ ਵੀ ਆ? ਹਾਂਜੀ, ਫਲਦਾਰ ਵੀ ਹੈ ਜੀ, ਫਲਦਾਰ ਦੂਸਰੇ ਪੌਦੇ ਜ਼ਿਆਦਾ ਨੇ, ਠੀਕ ਹੈ ਜੀ, ਛਾਂ ਵਾਲੇ ਪੱਤਿਆਂ ਦੇ, ਅਤੇ ਇਹਦੇ ਅੰਦਰ ਜਾ ਕੇ ਵੇਖੋ ਤਾਂ ਕਈ ਕਈ ਫਲਦਾਰ ਜਿਹੜੇ ਪੌਦੇ ਨੇ ਉਹ ਵੀ ਮੌਜੂਦ ਨੇ ਜੀ, ਫਲਦਾਰ। ਚਲੋ, ਤੁਹਾਨੂੰ ਜਿਹੜਾ ਨਾ ਕੂਹਾਂ, ਜਿਸ ਕੂਹੇ ਦੀ ਗੱਲ ਹੋ ਰਹੀ ਆ ਉਹ ਤੁਹਾਨੂੰ ਕੂਹਾਂ ਨੀਚੇ ਜਾ ਕੇ ਦਿਖਾਉਂਦੇ ਹਾਂ। ਪਿਆਰ ਨਾਲ ਪਹਿਲੇ ਕੂਹੇ ਵਾਲੀ ਸਾਈਡ ਨੂੰ ਉਤਰੀਏ। ਤੁਹਾਨੂੰ ਇਹ ਕੂਹਾਂ ਵਾ, ਔਰ ਇਹਦੇ ਵਿੱਚ ਇਹ ਪੰਪ ਲੱਗਾ ਹੋਇਆ ਵਾ, ਤੁਸੀਂ ਵੇਖ ਸਕਦੇ ਹੋ ਕਿ ਇੱਧਰੋਂ ਦੀ ਅਸੀਂ ਹੋਰ ਕਰੀਬ ਹੋ ਜਾਈਏ। ਇਹ ਪੰਪ ਆ ਇਹਦਾ, ਇੱਧਰੋਂ ਪਾਣੀ ਜਿਹੜਾ ਵਾ ਅੱਗੇ ਜਾਂਦਾ ਇਸ ਕੂਹੇ ਦਾ ਪਾਣੀ। ਇਹ ਬੜਾ ਸਾਫ਼ ਸੁਥਰਾ ਪਾਣੀ ਆ, ਉੱਪਰ ਹੀ ਆ ਸਿਰਫ, ਲੇਕਿਨ ਉਹ ਜਿਹੜਾ ਨੀਚੇ ਆ ਇਹ ਸਾਫ਼ ਸੁਥਰਾ ਪਾਣੀ ਆ। ਅਗਰ ਦੇਖਿਆ ਜਾਵੇ ਤਾਂ ਇੱਧਰੋਂ ਜਿਹੜਾ ਵਾ ਪਾਣੀ ਆਉਂਦਾ ਵਾ ਗਲੇਸ਼ੀਅਰ ਦੇ ਜਿਹੜੇ ਆ ਨਾ ਪਿਘਲ ਕੇ, ਇਹ ਦੇਖੋ ਪਾਣੀ ਆ ਰਿਹਾ ਸਾਫ਼ ਆ, ਔਰ ਇਹ ਅੱਗੇ ਜਾ ਰਿਹਾ ਵਾ। ਇੱਥੇ ਵੀ ਕੂਹਾਂ ਸੀਗਾ, ਦੇਖੋ ਇਹਦੇ ਵਿੱਚ ਕੂਹਾਂ ਸੀ, ਲੇਕਿਨ ਉੱਥੇ ਘਾਸ ਵਗੈਰਾ ਜਿਹੜੀ ਆ ਨਾ ਉਹ ਉੱਗ ਗਈ ਆ। ਅੱਗੇ ਇੱਧਰ ਯਾਰ ਮੈਨੂੰ ਉੱਪਰ ਬੁਲਾਈ ਯਾਰ, ਅਸੀਂ ਹੁਣ ਉੱਧਰ ਨੀਚੇ ਉੱਪਰ ਆ ਗਏ ਹਾਂ। ਇਹ ਉਹ ਜਿਹੜਾ ਕਬਰਸਤਾਨ ਆ ਅਬਾਸੀ ਸਾਹਿਬ ਦਾ ਜਿਹੜਾ ਆਪਣਾ। ਚੱਕੀ ਦੇਖਣ ਜਾ ਰਹੇ ਹਾਂ, ਉਹ ਜਿਹਨੂੰ ਜੰਦਰ ਬੋਲਦੇ ਆ ਇੱਥੇ ਦੀ ਜ਼ੁਬਾਨ ਦੇ ਵਿੱਚ, ਲੇਕਿਨ ਅਸੀਂ ਚੂੰਕਿ ਚੱਕੀ ਕਹਿੰਦੇ ਆ, ਪਾਣੀ ਦੇ ਨਾਲ ਚੱਲਦੀ ਆ। ਬਾਸੀ ਸਾਹਿਬ ਸਾਨੂੰ ਜਿਹੜਾ ਨਾ ਅੱਗੇ ਲੈ ਕੇ ਜਾ ਰਹੇ ਆ। ਦੇਖੋ ਬੱਚਾ ਪਾਰਟੀ ਵੀ ਨਾਲ ਹੀ ਅੱਗੇ ਨਾਲ ਚੱਲਣ ਦੇ ਆ, ਸਭ ਤੋਂ ਅੱਗੇ ਬਾਸੀ ਸਾਹਿਬ, ਆਰੋ ਭਾਈ, ਫਿਰ ਉਸ ਤੋਂ ਬਾਅਦ ਬੱਚਾ ਪਾਰਟੀ ਨਾਲ। ਇਹ ਪਾਣੀ ਵਾਲੀ ਚੱਕੀ ਜਿਹੜੀ ਆ ਇੱਥੇ ਆ, ਬੰਦ ਪਾਣੀ ਨਹੀਂ ਨਾ। ਉਹ ਆਰੋ ਭਾਈ ਉੱਧਰ ਕੁੱਤਾ ਵਾ, ਦੇਖਿਓ ਤੁਹਾਡੇ ਨਾਲ ਪੈ ਨਾ ਜਾਵੇ ਉਹ ਨੁੱਕਰ 'ਤੇ, ਇਹ ਵੇਖ ਲਿਓ।
के अंदर जाता है पानी जेड़ा वा इत्थों आंदा आके ते एदे विच जेड़ा जांदा चक्की च पानी आंदा वा इत्थों आंदे होए इधरों दी गुजर के एदे विच चक्की लगी आ इस दे विच लेकिन चूंकि पानी बंद आ इस वजह तो जेड़ा नहीं चलदी पई चक्की बंद आ मेरा ख्याल पानी आवे ते फिर ते जेड़ा आ ना ओ होवे चक्की दे जेड़े लॉक चक्की बंद आ अबासी साहब नाल भी गल करांगे चक्की दे वाले नाल थोड़ा जिहा दस्स दिओ इसे चक्की दे वाले नाल जी ये इनू चक्की के जंदर कहिंदे ने जी जिहड़ी पहाड़ी जुबान है हिंद को ये हजारे की जुबान उन्दे विच इनू जंदर कहिंदे ने अच्छा जंदर का मतलब यह होंगे कि अंदर एक चक्की आटे की चक्की का पार्ट है पत्थर का अच्छा पानी चलता है जदों वो फिर पानी के नाल उनका एक फिरकी फिरदी है पखा जहा चलता है उनके चक्की चलती रहती है वह दाने 10-15-20-30 किलो पा देंगे ने फिर चक्की पीसदी है ठीक है जी ये सारा इनका मामला चलता है हम चूंकि ताला लगा हुआ छुट्टी गए ने या बंद है अगर ये खुला होता तो सारा भी खाते हैं तो इनू चक्की भी कहें पंजाबी चक्की कहे तो मुकामी जुबान इन जंदर कहें जंदर आटा कि पीसी मोटा या बरीक आटा बिल्कुल बरीक होंगे बड़ा जबरदस्त आटा होंगे बरीक आटा होंगे अच्छा खाने वाला आटा है ठीक है जी जदू चक्या नहीं सी मशीनी चक्या नहीं सी तो लोग इतने ही आके सारे दाने पिसवाते सही 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 जो चक्या नहीं सी तो इतों जंदर तो दाने जोड़ा है ना वो कहते तो पिसवाते देखो ये चक्की तो बंद आ अगर इधर नी वेखोगे तो इतों की पानी जोड़ा जाता वा इस चक्की दे पानी तो सोका होया वा और जाके जोड़ा वा वो चक्की घुमा वा जिंद वजह तो जोड़ा चक्की वो चलती आ फिर आटा पीती आ क्योंकि ए नदी जी सुी हुई है ये पानी वगैरह तो है कोई नहीं आ हो सकता इस वजह तो ही आ चक्की जी बंद होतों की पानी अगर आए तो नीचे जाता इस टाइम तो पानी है कोई नहीं खाली आ अगे चलते हैं खूह देखिया कब्रस्तान उधरों भी हो के आए और अगर तुम देख सकते हो कि गाँव के अंदर जोड़ा वा जा रहा वो उपर कबूतर भी बैठे आ वासी साहब के जोड़ा डेरा वा उधर जा रहे हैं ए बैक साइड तो जो जंगल आ उ जानवर वगैरह भी मुख्तलिफ है वा परिंदे वगैरह भी बोल रहे हाइए भी बोल रहे और जिदा आ साडे भी पंजाबी दे विच डेरा कहिंदे आ सिंधी दे विच ते मैनू नहीं पता की कहिंदे आ लेकिन यह कि पंजाबी च डेरा कहिंदे आ वासी साहब सिंधी च की कहिंदे आ वैसे डेरे नू कोई आइडिया है ये वो बताएंगे अपने यार अरे भाई तुसी दसो सिंधी जी की कहंदे डेरे नू ओताक ते पंजाबी च ते डेरा ही कहंदे आ सिंधी में ओताक कहते हैं अच्छा ये क्या शैतान मुझे इसको कहते हैं टिंबर ओए ए ए भी सुरंग है किस चीज की सुरंग है खाली है तो सुरंग आ लेकिन है खाली आ बहुत जबरदस्त जड़ा है वा बहुत मज़ा आ रहा इंजॉय कर रहे हैं देखो क्या वो तोड़ दिया अनार यार ए लेमन का टेस्ट भी आ रहा हूँ सुनाओ किवें जुबान पैदा है ना जुबान पर चलेगा थोड़ी देर जैसे कोई चीरी चल रही है ऐसा चल रहा है चल रहेगा चलेगा चलेगा खाता ऐसी टूथपेस्ट बनता यकीन करो मैं जुबान ते लाया मेरे बुरा हाल हो गया इन्ना खट्टा डेरे ते चल दे